ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀਵਨ ਸਾਡੇ ਲਈ ਅਨੰਤ ਸੇਧਾਂ ਭਰਿਆ ਜੀਵਨ ਹੈ ਜਿਹੜੇ ਗੁਰੂ ਦੇ ਨਿਕਟ ਵਰਤੀ ਗੁਰੂ ਦੇ ਨਾਲ ਚੱਲਦੇ ਨੇ ਉਹ ਸਾਡੇ ਸਾਰਿਆਂ ਦੀ ਪ੍ਰੇਰਣਾ ਦਾ ਹਿੱਸਾ ਨੇ ਅਸੀਂ ਉਹਨਾਂ ਤੋਂ ਸਿੱਖਣਾ ਹੈ ਅਸੀਂ ਗੁਰੂ ਜੀ ਦੇ ਨਾਲ ਸੰਬੰਧ ਕਿਵੇਂ ਸਥਾਪਿਤ ਕਰਨੇ ਹੁਣ ਤਾਂ ਨਿ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਟਨਾ ਦੀ ਧਰਤੀ ਤੋਂ ਚੱਲਦੇ ਨੇ ਤੇ ਉਹਨਾਂ ਦੇ ਅੰਦਰ ਜੋ ਚੱਲਣ ਕੇ ਮੰਜ਼ਿਲ ਹੈ ਉਹ ਚੱਕ ਨਾਨਕੇ ਸ੍ਰੀ ਅਨੰਦਪੁਰ ਸਾਹਿਬ ਉਹਨੇ ਸਾਰੇ ਦਾ ਸਾਰਾ ਪੰਥ ਉਸ ਵਕਤ ਦੇ ਸਾਧਨਾ ਮੁਤਾਬਕ ਇੱਕ ਦਿਨ ਦਾ ਨਹੀਂ ਹੈ ਜਿਵੇਂ ਸਤਿਗੁਰੂ ਜੀ ਨੇ ਜਾਂਦੇ ਆ ਜਾਂਦੇ ਆ ਕਉਕੇ ਪਰਮਾਰਥ ਉਹਨਾਂ ਦੇ ਸੋਚ ਵਿੱਚ ਭਰਪੂਰ ਹੈ ਉਹਦਾ ਗਿਆਨ ਬਣਦੇ ਆ ਬਣਦੇ ਆ ਗਏ ਸਨ ਇਸ ਤਰ੍ਹਾਂ ਹੀ ਇੱਥੋਂ ਵੀ ਮੇਰੇ ਸਤਿਗੁਰੂ ਜੀ ਅਰਾ ਵਿੱਚ अनेका ਨੂੰ ਤਾਰਦੇ ਆ ਤਾਰਦੇ ਆ ਉਹਨਾਂ ਨੇ ਵਾਪਸੀ ਜਿਹੜੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਕੀਤੀ ਹੈ ਉਹਨਿ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼੍ਰੀ ਨੰਦਪੁਰ ਸਾਹਿਬ ਜਦੋਂ ਵਾਪਸ ਆਉਂਦੇ ਨੇ अनेका ਪਰਾਵਾਂ ਨੂੰ ਰਸਤੇ ਦੇ ਵਿੱਚ ਗੁਜ਼ਾਰਦੇ ਆ ਮੰਨਦੇ ਆ अनेਕਾਂ ਨੂੰ ਤਰਦੇ ਆ ਤੇ ਨੰਦਪੁਰ ਸਾਹਿਬ ਦੀ ਨਗਰੀ ਉਹਨਾਂ ਦਾ ਪਹਿਲਾਂ ਇੰਤਜ਼ਾਰ ਕਰ ਰਹੀ ਹੈ ਜਿਹੜੀ ਗੁਰੂ ਪਿਤਾ ਜੀ ਨੇ ਆਪ ਜਿਸ ਦੀ ਮੋੜੀ ਗੱਡੀ ਹੈ ਇਨੂੰ ਆਪਣੇ ਹੱਥੀਂ ਆਪ ਆਵਾਦ ਕੀਤਾ ਹੈ ਜਿਹੜੀ ਵਿਖ ਦੀ ਨਾਲ ਨੀਤੀ ਨੂੰ ਅੱਗੇ ਰੱਖ ਕੇ ਆਵਾਦ ਕੀਤੀ ਨਗਰੀ ਹੈ ਉੱਥੇ ਗੁਰੂ ਪਿਤਾ ਜੀ ਆਉਂਦੇ ਨੇ ਇਸ ਨਗਰੀ ਦੇ ਵਸੀਆਂ ਨੇ ਮੇਰੇ ਸਤਿਗੁਰੂ ਜੀ ਦੇ ਆਮਦ ਨੂੰ ਸੱਚ ਜਾਣਣਾ ਪਲਕਾਂ ਵਿਸ਼ਾਖ ਕੇ ਆਪਣੀਆਂ ਪਿਆਰ ਪੱਜੀਆਂ ਉਡੀਕਦੀਆਂ ਸਦਰਾਂ ਨੂੰ ਉਹਨਾਂ ਦੇ ਅੱਗੇ ਅਰਪਣ ਕਰਕੇ ਉਹਨਾਂ ਦੇ ਦیدارਿਆਂ ਨੂੰ ਚਕੌਰ ਦੀ ਬਿਰਤੀ ਵਿੱਚ ਰਹਿ ਕੇ ਮਾਨਣ ਦਾ ਯਤਨ ਕੀਤਾ ਹੈ ਕਿੰਨੇ ਵਾਰ ਨੇ ਬਲਹਾਰ ਨੇ ਗਏ ਨੇ ਇਤੋ ਅਸੀਂ ਕੋਈ ਵੀ ਨਿਰਸੰਦੇ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਪਿੱਛੇ ਨਹੀਂ ਹਟ ਸਕਦੇ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੇ ਆਮਨ ਦੇ ਉੱਤੇ ਬਲਹਾਰੀ ਗੁਰ ਆਪਣੇ ਦਿਉਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ ਉਹਨਾਂ ਦੀ ਰਸਨਾ ਦੇ ਉੱਤੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਉਹਨਾਂ ਦੀ ਰਸਨਾ ਦੇ ਉੱਤੇ ਪਤਾ ਨਹੀਂ ਕਿੰਨਾ ਕੁਝ ਹੋਏ ਇਹਤੇ ਭਾਗਾਂ ਵਾਲਿਆਂ ਕੋਲ ਅੱਜ ਵੀ ਹੈ ਜਿਹੜੇ ਗੁਰੂ ਜੀ ਨਾਲ ਆਪਣੇ ਆਪੇ ਨੂੰ ਜੋੜਨ ਦੇ ਲਈ ਸੰਸਾਰ ਨੂੰ ਪਾਸੇ ਰੱਖ ਕੇ ਚੱਲਦੇ ਨੇ ਪਰਿਵਾਰ ਨੂੰ ਪਾਸੇ ਰੱਖ ਕੇ ਚੱਲਦੇ ਨੇ ਉੱਥੇ ਤੇ ਉਡੀਕ ਸੀ ਲੰਮਾ ਅਰਸਾ ਹੋ ਗਿਆ ਸੀ ਉਹ ਗੁਰੂ ਦੇ دیدار ਲਈ ਤਰਸਦੀਆਂ ਹੋਈਆਂ ਅੱਖਾਂ ਮਿਲਕਦੇ ਹੋਏ ਹਿਰਦੇ ਬੇਸਬਰੀ ਦੇ ਘਰ ਵਿੱਚ ਪਹੁੰਚੀਆਂ ਹੋਈਆਂ ਸੁਰਤਾਂ ਉਹ ਕੜੀ ਉਹ ਪਲ ਉਹ ਸ਼ਿੰਦ ਕਦੋਂ ਆਏਗਾ ਗੁਰਦੇ ਪਿਤਾ ਜੀ ਆਏ ਛਾ ਚੜਿਆ ਤਮੰਨਾ ਪੂਰੀ ਹੋਈ ਰੂਹਾਂ ਵਿੱਚੋਂ ਬਾਜਾਂ ਨਿਕਲੀਆਂ ਹੋਣਗੀਆਂ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਾਰੇ ਹੁਣ ਭਾਵਨ ਦਾ ਵਗਦਾ ਅਥਾ ਜਿਹੜਾ ਬਹਿਰ ਹੈ ਉਹ ਅੱਜ ਸਾਡੇ ਅੰਦਰ ਵੀ ਕਿਤੇ ਨਾ ਕਿਤੇ ਅੰਗੜਾਈ ਲੈ ਕੇ ਉਸੇ ਵਸਤਾ ਵਿੱਚ ਸਾਨੂੰ ਲੈ ਜਾਏ ਇਹ ਗੱਲ ਅਸੀਂ ਆਪ ਵੀ ਸਮਝਣੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਸਮਝਾਉਣੀ ਹੈ ਇਹ ਅੱਜ ਸਾਡੀ ਤਰੀਕ ਵਿੱਚ ਜਿਨੂੰ ਅਸੀਂ ਆਪਣੇ ਬੱਚਿਆਂ ਦੇ ਵਰਤਮਾਨ ਨੂੰ ਸਵਾਰਨ ਦੇ ਲਈ ਜੋ ਆਪਣੇ ਬੱਚਿਆਂ ਦੇ ਭਵਿੱਖ ਦੀ ਸਿਰਜਣਾ ਦੇ ਲਈ ਸੰਸਾਰ ਪਰ ਵਿੱਚ ਵਸਦੇ ਹੋਏ ਅਸੀਂ ਲੋਕ ਮਾਪਿਆਂ ਜਾਂ ਵੱਡੇ ਵਾਰਸਾਂ ਦੇ ਰੂਪ ਦੇ ਵਿੱਚ ਅੱਜ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਆਪਣਾ ਕੇ ਇਸ ਸੰਸਾਰ ਨੂੰ ਕੁਝ ਬਿਹਤਰ ਕੀਤਾ ਜਾ ਸਕਦਾ ਹੈ ਇਕਾਲਨ ਇਸ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਖੁਦ ਨੂੰ ਗੁਰੂ ਜੀ ਦੇ ਪਿਆਰ ਵਿੱਚ ਗਵਾਉਣ ਦਾ ਯਤਨ ਕਰੀਏ ਅਸੀਂ ਖੁਦ ਆਪਣੇ ਸਤਿਗੁਰੂ ਨੂੰ ਸਤਿਗੁਰ ਵੱਡਾ ਕੰਸ ਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਦੇ ਰੂਪ ਵਿੱਚ ਜਾਣੀ ਤੇ ਜਦ ਇਹ ਸਾਡੀਆਂ ਸੁਰਤਾਂ ਦੇ ਉੱਤੇ ਗੁਰੂ ਜੀ ਦੇ ਬਰਾਬਰ ਮਨੁੱਖਾਂ ਦਾ ਪ੍ਰਭਾਵ ਪੈ ਰਿਹਾ ਅਸੀਂ ਗੁਰੂ ਜੀ ਦੇ ਬਾਣਕ ਸ਼ਕਸ਼ੀ ਪ੍ਰਭਾਵ ਲੈ ਕੇ ਅੱਜ ਬੰਦਿਆਂ ਦੇ ਕਿਤੇ ਨੇੜੇ ਜਾਂਦੇ ਦਿਖਾਈ ਦੇ ਰਹੇ ਆ ਕਿਤੇ ਉਹਨਾਂ ਦੇ ਕੋਲ ਆਪਣੀ ਜ਼ਿੰਦਗੀ ਦੀਆਂ ਕਾਮਨਾ ਕਰਨ ਦੀ ਭੁੱਲ ਕਰਦੇ ਦਿਖਾਈ ਦੇ ਰਹੇ ਆ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੇ ਅੰਦਰ ਦ੍ਰਿੜਤਾ ਪਰਿਆ ਗੁਰੂ ਪ੍ਰਤੀ ਨਿਸ਼ਚੈ ਜਿਹੜਾ ਹੈ ਉਹ ਦਗਮਗਾ ਗਿਆ ਪਰ ਇਥੇ ਸ਼੍ਰੀ ਨੰਨਪੁਰ ਸਾਹਿਬ ਦੇ ਵਾਸੀਆਂ ਨੇ ਆਪਣੇ ਦਾਤਾ ਸਤਿਗੁਰ ਜੀ ਤੋਂ ਸਦਕੇ ਜਾ ਕੇ ਬਲਹਾਰੀ ਜਾ ਕੇ ਆਪਣੇ ਆਪੇ ਨੂੰ ਅਰਪਣ ਕੀਤਾ ਗੁਰਦੇਵ ਦੇ ਅੱਗੇ ਸਮਰਪਣ ਕੀਤਾ ਰੱਖ ਦਿੱਤਾ ਉਹ ਜਾਣਦੇ ਨੇ ਕਿ ਸਤਗੁਰੂ ਸਮਰੱਥ ਹੈ ਸਤਗੁਰ ਖੋਟਿਓ ਖੜੇ ਕਰੇ ਗੁਰ ਦੇ ਕੋਲ ਸ਼ਬਦ ਦੀ ਤਾਕਤ ਹੈ ਗਿਆਨ ਦੀ ਤਾਕਤ ਹੈ ਜੋ ਜ਼ਿੰਦਗੀਆਂ ਦੇ ਵਿੱਚ ਪੈਦਾ ਹੋਏ ਖੋਟ ਨੂੰ ਕੱਢ ਕੇ ਵਿਅਕਤੀਆਂ ਨੂੰ ਸਵਾਰ ਦੇਂਦੀ ਹੈ ਆਨੰਦਪੁਰ ਸੈ ਗੁਰੂ ਪਿਤਾ ਦੀ ਵਾਪਸੀ ਇਹ ਜਿੱਥੇ ਗੁਰਸਿੱਖਾਂ ਲਈ ਗਨੀਮਤ ਹੈ ਉਥੇ ਗੁਰੂ ਪਾਤਸ਼ਾਹ ਜੀ ਦੇ ਲਈ ਜੋ ਕੁਝ ਉਹਨਾਂ ਨੇ ਪ੍ਰਚਾਰ ਦੇ ਅਰਸੇ ਦੌਰਾਨ ਸਮਾਜ ਨੂੰ ਮਨੁੱਖਾਂ ਨੂੰ ਰਾਸੀ ਵਰਤਾਰਿਆਂ ਨੂੰ ਦੇਖਿਆ ਉਨ੍ਹਾਂ ਦਾ ਚਿੰਤਨ ਕਰਨ ਦੇ ਲਈ ਇਸ ਧਰਤੀ ਤੇ ਬਹਿ ਕੇ ਇੱਕ ਅਫਸਰ ਹੈ ਕਿ ਜਿਸ ਧਰਤੀ ਤੇ ਅਸੀਂ ਵਸ ਰਹੇ ਆਂ ਇਹ ਧਰਤੀ ਦੇ ਖਿੱਤੇ ਦੀਆਂ ਅੱਜ ਦੀਆਂ ਮੁਸ਼ਕਲਾਂ ਕੀ ਨੇ ਕੱਲ ਦੀਆਂ ਮੁਸ਼ਕਲਾਂ ਕੀ ਹੋ ਸਕਦੀਆਂ ਨੇ ਜਾਂਪ ਦਾ ਇਤਰਾ ਹੈ ਉਨ੍ਹਾਂ ਦੇ ਅੰਦਰ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਿੱਤਰ ਬਚਨ ਉਹ ਨਿਰੰਤਰ ਚੇਤਨਾ ਦਾ ਹਿੱਸਾ ਹੈ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਈ ਇਹ ਦੂਰ ਅੰਦੇਸ਼ੀ ਹੈ ਉਸੇ ਦੂਰ ਅੰਦੇਸ਼ੀ ਵਿੱਚ ਉਹਨਾਂ ਦੇ ਪੁਰ ਸਾਹਿਬ ਦੀ ਨਗਰੀ ਦਾ ਆਵਾਦ ਹੋਣਾ ਚੱਕ ਨਾਨਕੀ ਦਾ ਆਵਾਦ ਹੋਣਾ ਹੈ ਉਸੇ ਦੌਰਾਨ ਐਸ਼ੀਵ ਚੁਈ ਗੁਰੂ ਜੀ ਦਾ ਪ੍ਰਚਾਰ ਦੌਰਾ ਪਤਾ ਨਹੀਂ ਕਿੰਨੀਆਂ دشਵਾਰੀਆਂ ਭਰਿਆ ਰਿਹਾ ਹੋਵੇਗਾ ਉਹ ਵੀ ਸੋ ਅਸੀਂ ਕਹਿ ਸਕਦੇ ਹਾਂ ਗੁਰੂ ਜੀ ਦਾ ਪ੍ਰਚਾਰ ਦੌਰੇ ਤੋਂ ਬਾਅਦ ਸ਼੍ਰੀ ਆਨੰਦਪੁਰ ਸਾਹਿਬ ਆ ਕੇ ਦੁਬਾਰਾ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਅੱਗੇ ਆ ਕੇ ਸੰਭਾਲਣ ਦਾ ਜਿਹੜਾ ਪੱਖ ਹੈ ਇਹ ਆਉਣ ਵਾਲੇ ਕੱਲ ਦੇ ਲਈ ਚਿੰਤਨ ਲਈ ਅੱਜ ਦੇ ਸੰਭਾਲ ਦੇ ਲਈ ਤੇ ਗੁਰਸਿੱਖਾਂ ਅੰਦਰ ਵਕਤ ਦੇ ਵਰਤਾਰਿਆਂ ਦੀ ਸੋਝੀ ਪੈਦਾ ਕਰਕੇ ਤਿਆਰੀ ਦਾ ਸਮਾਂ ਇੱਥੇ ਮੇਰੇ ਗੁਰਦੇ ਪਿਤਾ ਜੀ ਨੇ ਆਪ ਲਿਆ ਹੈ ਪੈਦਾ ਕੀਤਾ ਹੈ ਜਿਹਨੂੰ ਸਾਨੂੰ ਉਸੇ ਲਹਿਜੇ ਵਿੱਚ ਸਮਝਣ ਦੀ ਜ਼ਰੂਰਤ ਹੈ ਧੰਨਵਾਦ ਸਾਰਿਆਂ ਦਾ ਪੁੱਲਾਂ ਵਾਸਤੇ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ